हेलो, सत श्री अकाल जी। स्वागत है ਤੁਹਾਡਾ ਮੇਰੇ ਚੈਨਲ ਪੰਜਾਬੀ ਰਸੋਈ ਦੇ ਵਿੱਚ। ਅੱਜ ਫਰੈਂਡਸ ਅਸੀਂ ਕੱਚੇ ਅੰਬਾਂ ਦੀ ਖੱਟੀ ਮਿੱਠੀ ਚਟਨੀ ਬਣਾ ਕੇ ਤਿਆਰ ਕਰਾਂਗੇ। ਇਹ ਚਟਨੀ ਬਹੁਤ ਹੀ ਟੇਸਟੀ ਬਣਦੀ ਹੈ ਤੇ ਬਹੁਤ ਹੀ ਵਧੀਆ ਲੱਗਦੀ ਹੈ ਖਾਣ ਵਿੱਚ। ਦੇਖੋ, ਇਹਦੇ ਲਈ ਮੈਂ ਅੰਬ ਲੈ ਰਹੀ ਹਾਂ, 4 ਅੰਬ ਲਏ ਨੇ ਮੈਂ ਕੱਚੇ। ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਛਿੱਲ ਲਾਂਗੇ। ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਛਿੱਲ ਲੈਣਾ। ਛਿੱਲ ਕੇ ਛੋਟੇ ਛੋਟੇ ਟੁਕੜੇ ਅਸੀਂ ਕਰ ਲਾਂਗੇ ਇਹਨਾਂ ਦੇ। ਅਗਰ ਅੰਬ ਵੱਡੇ ਹੋਣ, ਵੱਡੇ ਅੰਬ ਕੱਚੇ ਮਿਲ ਜਾਣ ਤਾਂ ਤੁਸੀਂ ਉਹਨਾਂ ਨੂੰ ਕੱਦੂਕਸ ਵੀ ਕਰ ਸਕਦੇ ਹੋ, ਪਰ ਇਹ ਛੋਟੇ ਨੇ ਅੰਬ, ਇਸ ਲਈ ਮੈਂ ਇਹਨਾਂ ਦੇ ਇਹਨਾਂ ਨੂੰ ਕੱਟ ਕੇ ਛੋਟੇ ਛੋਟੇ ਪੀਸ ਕਰ ਰਹੀ ਹਾਂ। ਆ ਦੇਖੋ ਫਰੈਂਡਸ, ਇੱਧਰ ਮੈਂ ਸੌਂਫ ਲੈ ਰਹੀ ਹਾਂ, ਕਾਲੀ ਮਿਰਚ ਲਈ ਹੈ ਮੈਂ। ਇਹਨਾਂ ਨੂੰ, ਕਾਲੀ ਮਿਰਚ ਨੂੰ ਚੰਗੀ ਤਰ੍ਹਾਂ ਪੀਸ ਲਾਂਗੀ। ਇੱਧਰ ਅਸੀਂ ਆਪਣੇ ਅੰਬ ਜਿਹੜੇ ਆ ਇਹਨਾਂ ਨੂੰ ਅਸੀਂ ਕੜਾਹੀ 'ਚ ਪਾਵਾਂਗੇ। ਅਤੇ ਹੁਣ ਅਸੀਂ ਇਹਦੇ ਨਾਲ ਹੀ ਅਸੀਂ ਗੁੜ ਵੀ ਪਾ ਦਾਂਗੇ। ਗੁੜ ਤੁਸੀਂ ਨਾਲ ਹੀ ਪਾ ਦੇਣਾ, ਫਿਰ ਜਿਹੜਾ ਗੁੜ ਹੈ ਫਿਰ ਹੌਲੀ ਹੌਲੀ ਮੈਲਟ ਹੋ ਜਾਏਗਾ। ਇਹ ਦੇਖੋ ਫਰੈਂਡਸ, ਗੁੜ ਸਾਡਾ ਮੈਲਟ ਹੋ ਗਿਆ, ਚੰਗੀ ਤਰ੍ਹਾਂ ਅੰਬਾਂ ਦੇ ਵਿੱਚ ਮਿਕਸ ਹੋ ਗਿਆ। ਇਹਨਾਂ ਨੂੰ ਤੁਸੀਂ ਨਾਲੋਂ ਨਾਲ ਹਿਲਾਉਂਦੇ ਰਹਿਣਾ। ਥੋੜ੍ਹਾ ਜਿਹਾ ਮੈਂ ਨਮਕ ਐਡ ਕਰ ਰਹੀ ਹਾਂ ਇਹਦੇ ਵਿੱਚ, ਥੋੜ੍ਹੀ ਜਿਹੀ ਕਸ਼ਮੀਰੀ ਲਾਲ ਮਿਰਚ ਅਤੇ ਥੋੜ੍ਹੀ ਜਿਹੀ ਕੁੱਟੀ ਹੋਈ ਲਾਲ ਮਿਰਚ ਅਸੀਂ ਪਾ ਦਾਂਗੇ। ਚੰਗੀ ਤਰ੍ਹਾਂ ਅਸੀਂ ਇਹਨਾਂ ਨੂੰ ਮਿਕਸ ਕਰਾਂਗੇ। ਤੁਸੀਂ ਚਟਨੀ ਨੂੰ ਨਾਲੋਂ ਨਾਲ ਹਿਲਾਉਂਦੇ ਰਹਿਣਾ, ਕਿਉਂਕਿ ਅਗਰ ਹਿਲਾਓਗੇ ਨਹੀਂ ਤਾਂ ਇਹ ਥੱਲਾ ਫੜ ਲੈਂਦੀ ਹੈ। ਇਹ ਦੇਖੋ ਫਰੈਂਡਸ, ਇੱਧਰ ਕਲੌਂਜੀ ਲਈ ਹੈ ਮੈਂ, ਕਾਲੀ ਮਿਰਚ ਦਾ ਪਾਊਡਰ ਬਣਾ ਲਿਆ ਮੈਂ, ਪੀਸ ਲਿਆ। ਸੌਂਫ ਲੈ ਰਹੀ ਹਾਂ, ਇਹ ਵੀ ਅਸੀਂ ਵਿੱਚ ਪਾ ਦਾਂਗੇ, ਮਿਕਸ ਕਰਾਂਗੇ ਚੰਗੀ ਤਰ੍ਹਾਂ। ਦੇਖੋ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਫਰੈਂਡਸ। ਇਹ ਚਟਨੀ ਐਵੇਂ 15-20 ਮਿੰਟਾਂ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ, ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹਨੂੰ। ਹੁਣ ਮੈਂ ਮਗਜ਼ ਲੈ ਰਹੀ ਹਾਂ ਫਰੈਂਡਸ। ਮਗਜ਼ ਜਿਹੜੀ ਹੈ ਨਾ, ਇਹ ਤੁਸੀਂ ਪਹਿਲਾਂ ਥੋੜ੍ਹੇ ਜਿਹੇ ਰੋਸਟ ਕਰ ਲੈਣੇ ਆ, ਮੈਂ ਰੋਸਟ ਕਰ ਲਏ ਸੀਗੇ, ਪਾ ਕੇ ਅਸੀਂ ਇਹਨਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ। ਲਓ ਜੀ, ਚਟਨੀ ਲੈਣ ਵਾਲੇ ਆ ਵੀ ਗਏ ਨੇ, ਹਲੇ ਬਣ ਰਹੀ ਹੈ ਪਰ ਇੰਤਜ਼ਾਰ ਨਹੀਂ ਹੋ ਰਿਹਾ। ਦੇਖੋ ਫਰੈਂਡ, ਚਟਨੀ ਸਾਡੀ ਬਣ ਕੇ ਬਿਲਕੁਲ ਰੈਡੀ ਹੈ। ਤੁਸੀਂ ਵੀ ਆਪਣੇ ਘਰ 'ਚ ਟਰਾਈ ਕਰਿਓ, ਅਗਰ ਤੁਹਾਨੂੰ ਮੇਰੀ ਰੈਸਿਪੀ ਪਸੰਦ ਆਈ ਹੈ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ। ਇਹ ਚਟਨੀ ਪਰਾਂਠੇ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ। ਥੈਂਕ ਯੂ।